ਸਾਰੋ ਸਤਿ ਸ਼੍ਰੀ ਅਕਾਲ ਜੀ। ਆਪਾਂ ਗੱਲ ਕਰ ਰਹੇ ਸੀ ਪਿੱਛੇ ਵੀ ਬਿਮਾਰੀਆਂ ਕਿਉਂ ਵੱਧ ਰਹੀ ਹੈ, ਤੂੜੀ ਬਾਰੇ ਗੱਲ ਕਰਾਂਗੇ ਅੱਜ। ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਵੀ ਜਿਹੜੀ ਤੂੜੀ ਹੈ, ਮਾੜੀ ਕੁਆਲਿਟੀ ਦੀ ਤੂੜੀ ਬਿਮਾਰੀ ਦਾ ਘਰ ਹੈ, ਬਿਮਾਰੀਆਂ ਦੀ ਜੜ੍ਹ ਹੈ। ਬਹੁਤ ਜਗ੍ਹਾ ਤੇ ਜਿੱਥੇ ਵੈਕਸੀਨੇਸ਼ਨ ਨਹੀਂ ਕੰਮ ਕਰ ਰਹੀ, ਪਸ਼ੂ ਵਾਰ ਵਾਰ ਬਿਮਾਰ ਹੋ ਰਹੇ ਹੈ, ਸਮੱਸਿਆਵਾਂ ਆ ਰਹੀ ਹੈ, ਵਾਰ ਵਾਰ ਪਸ਼ੂ ਬਿਮਾਰ ਹੋ ਰਹੇ, ਜਿੱਥੇ ਤੂੜੀ ਅਤੇ ਪਾਣੀ ਬਹੁਤ ਵੱਡਾ ਕਾਰਨ ਹੈ। ਅੱਜ ਆਪਾਂ ਤੂੜੀ ਬਾਰੇ ਗੱਲ ਕਰਾਂਗੇ। ਦੇਖੋ, ਤੂੜੀ ਬਾਰੇ ਬਹੁਤ ਸਾਰੇ ਲੋਕ ਹਲੇ ਵੀ ਅੱਖਾਂ ਮੀਚੀ ਬੈਠੇ ਆ, ਉਹ ਮੰਨਣ ਨੂੰ ਤਿਆਰ ਨਹੀਂ ਹੈਗੇ ਵੀ ਤੂੜੀ 'ਚ ਇੰਨੀਆਂ ਸਮੱਸਿਆਵਾਂ ਹੋ ਸਕਦੀਆਂ। ਜਿੱਥੇ ਤੂੜੀ ਗਿੱਲੀ ਹੈ, ਤੂੜੀ ਕਾਲੀ ਹੈ, ਉੱਥੇ ਪਸ਼ੂ ਕਦੇ ਵੀ ਤੰਦਰੁਸਤ ਨਹੀਂ ਹੋ ਸਕਦੇ। ਤੁਹਾਡਾ ਮਿਨਰਲ ਜਿੰਨਾ ਮਰਜ਼ੀ ਵਧੀਆ, ਕਦੇ ਰਿਜ਼ਲਟ ਨਹੀਂ ਦੇ ਸਕਦਾ। ਪਸ਼ੂਆਂ 'ਚ ਗੱਬਣ ਹੋਣ ਦੀ ਸਮੱਸਿਆ ਅਕਸਰ ਰਹੇਗੀ, ਪੋਣੀ ਦੇ ਵਿੱਚੋਂ ਛਿੱਦੀਆਂ ਨਹੀਂ ਜਾਣੀਆਂ, ਜੋ ਮਰਜ਼ੀ ਕਰ ਲਓ, ਭਾਂਡਿਆਂ ਦੇ ਥੱਲੇ ਦੁੱਧ ਜੰਮਦਾ ਰਹੇਗਾ। ਮੈਂ ਅਕਸਰ ਕਹਿੰਦਾ ਹੁੰਦਾ ਵੀ ਹਾਲਾਤ ਇਹ ਹੋਣੇ ਹੈ ਵੀ ਤੁਹਾਡਾ ਭਾਂਡੇ ਸਾਫ਼ ਕਰਨ ਵਾਲਾ ਬੁਰਸ਼ ਘਸ ਜਾਏਗਾ, ਪਰ ਤੁਹਾਡੇ ਭਾਂਡੇ ਪਤੀਲੇ ਸਾਫ਼ ਨਹੀਂ ਹੋਣੇ ਹੈਗੇ। ਮੈਸਟਾਈਟਸ ਤੇ ਰਿਪੀਟ ਬਰੀਡਿੰਗ, ਮਤਲਬ ਕਿ ਪਸ਼ੂਆਂ ਦੇ ਥਣ ਰੋਗ ਤੇ ਗੱਭਣ ਨਾ ਹੋਣ ਦਾ ਇੱਕ ਵੱਡਾ ਕਾਰਨ ਮਾੜੀ ਕਿਸਮ ਦੀ ਤੂੜੀ ਹੈ। ਸਾਨੂੰ ਹਲੇ ਵੀ ਲੱਗਦਾ ਹੈ ਵੀ ਅਸੀਂ ਪਸ਼ੂਆਂ ਨੂੰ ਆਪਦੇ ਹਿਸਾਬ ਨਾਲ ਖਵਾ ਸਕਦੇ ਹਾਂ ਤੇ ਤੰਦਰੁਸਤ ਰੱਖ ਸਕਦੇ ਹਾਂ, ਇਹ ਨਹੀਂ ਹੈਗਾ। ਇਹ ਜੁਗਾਲੀ ਕਰਨ ਵਾਲੇ ਪਸ਼ੂ ਨੇ, ਇਹਨਾਂ ਨੂੰ ਇਹਨਾਂ ਦੇ ਮੁਤਾਬਕ ਖਵਾਉਣਾ ਪੈਣਾ। ਹੁਣ ਉਹ ਸਮਾਂ ਨਹੀਂ ਰਿਹਾ ਹੈਗਾ ਵੀ ਜੋ ਮਰਜ਼ੀ ਪਾਈ ਚੱਲੋ। ਅੱਗੇ ਕਹਿੰਦੇ ਸੀ ਵੀ ਦੋ ਟਾਈਮ ਪਾ ਲਓ ਤੇ ਦੋ ਟਾਈਮ ਚੋਲੋ, ਉਹ ਗਿਆ ਟਾਈਮ। ਹੁਣ ਦੋ ਟਾਈਮ ਪਾਉਣ ਤੇ ਦੋ ਟਾਈਮ ਚੋਣ ਵਾਲੀ ਗੱਲ ਨਹੀਂ ਹੈਗੀ। 70-70, 75-75 ਲੀਟਰ ਗਾਵਾਂ ਦੁੱਧ ਕੱਢ ਰਹੀਆਂ, 25-25, 30-30 ਲੀਟਰ ਮੱਝਾਂ ਦੁੱਧ ਕੱਢ ਰਹੀਆਂ। ਇੱਕ ਗੱਲ ਮੈਂ ਬੜੀ ਸਪਸ਼ਟ ਦੱਸਦਾ ਨਾ ਲੋਕਾਂ ਨੂੰ ਵੀ 6000 ਲੀਟਰ ਤੋਂ ਘੱਟ ਦੁੱਧ ਦੇਣ ਵਾਲੀ ਗਾਂ ਤੇ 3000 ਲੀਟਰ ਤੋਂ ਘੱਟ ਦੁੱਧ ਦੇਣ ਵਾਲੀ ਮੱਝ ਤੁਹਾਡੇ ਪੱਲਿਓਂ ਖਾਂਦੀ ਹੈ। ਉਹਦਾ ਇੱਕ ਵੱਡਾ ਕਾਰਨ ਮਾੜੀ ਕਿਸਮ ਦੀ ਤੂੜੀ ਹੈ। ਜੇ ਤੁਹਾਡੀ ਤੂੜੀ ਗਿੱਲੀ ਹੈ, ਕਾਲੀ ਹੈ, ਇਹ ਧੰਦਾ ਲਾਹੇਵੰਦ ਨਹੀਂ ਹੋਣਾ। ਤਾਜ਼ੇ ਸੂਏ ਪਸ਼ੂਆਂ ਨੂੰ ਮਾਹਰ ਕਹਿੰਦੇ ਆ 1 ਕਿਲੋ ਤੋਂ ਜ਼ਿਆਦਾ ਤੂੜੀ ਨਹੀਂ ਦੇਣੀ ਚਾਹੀਦੀ। ਅਸੀਂ ਟੋਕਰੇ ਭਰ ਭਰ ਕੇ ਤੂੜੀ ਦੇ ਪਾਈ ਜਾਂਦੇ ਹਾਂ, ਉਹ ਹਜ਼ਮ ਨਹੀਂ ਹੁੰਦੀ, ਉਹ 'ਚੋਂ 70% ਤੂੜੀ ਤਾਂ ਗੋਹੇ 'ਚ ਨਿਕਲ ਜਾਂਦੀ ਹੈ। ਦੇਖੋ, ਜੇ ਅਸੀਂ ਮੁਕਾਬਲਾ ਕਰੀਏ ਵੀ ਤੂੜੀ ਦਾ ਰੇਟ 7-8 ਰੁਪਏ ਕਿਲੋ ਤੱਕ ਪੰਜਾਬ 'ਚ ਆਮ ਚਲਾ ਜਾਂਦਾ, ਤੂੜੀ 'ਚ ਕਿੰਨੀ ਮਿੱਟੀ ਹੁੰਦੀ ਹੈ, ਕਿੰਨੀ ਉੱਲੀ ਹੁੰਦੀ ਹੈ, ਕਿੰਨੀ ਬਿਮਾਰੀ ਹੁੰਦੀ ਹੈ, ਸਾਨੂੰ ਅੰਦਾਜ਼ਾ ਨਹੀਂ। ਪਿੱਛੇ ਵੀ ਮੈਂ ਦੇਖਿਆ ਬਹੁਤ ਸਾਰੇ ਫਾਰਮਾਂ 'ਤੇ ਲੋਕੀ ਤੂੜੀ ਜ਼ਿਆਦਾ ਪਾਈ ਜਾਂਦੇ ਆ, ਜਦੋਂ ਪਸ਼ੂ ਠੀਕ ਹੁੰਦਾ ਉਹ ਫਿਰ ਤੂੜੀ ਖਾਣੀ ਸ਼ੁਰੂ ਕਰ ਦਿੰਦਾ ਤੇ ਫਿਰ ਬਿਮਾਰ ਹੋ ਜਾਂਦਾ ਹੈਗਾ। ਖੁਰਾਕੀ ਮਸਲੇ ਖੁਰਾਕ ਨਾਲ ਹੱਲ ਹੋਣੇ ਹੈ, ਦਵਾਈਆਂ ਨਾਲ ਨਹੀਂ ਹੱਲ ਹੋਣੇ ਹੈਗੇ। ਮੈਂ ਤੁਹਾਨੂੰ ਵਾਰ ਵਾਰ ਕਹਿਣਾ ਵੀ ਇਹ ਗੱਲਾਂ ਮੰਨ ਲਓ, ਕਰ ਲਓ, ਨਹੀਂ ਮੰਨੋਗੇ, ਨਹੀਂ ਕਰੋਗੇ, ਇਹ ਧੰਦੇ 'ਚ ਨਹੀਂ ਟਿਕੇ ਰਹਿ ਸਕਦੇ। ਸੰਗਲਾਂ ਤੋਂ ਡੋਲੂ ਵੱਲ ਜਿਹੜੇ ਬੰਦੇ ਜਾ ਰਹੇ ਹਨ, ਉਹਦਾ ਇੱਕ ਵੱਡਾ ਕਾਰਨ ਸਾਡੀ ਮਾੜੀ ਤੂੜੀ ਹੈ। ਅਸੀਂ ਇੰਨਾ ਖਰਚਾ ਕਰ ਲੈਂਦੇ ਹਾਂ ਤੂੜੀ ਵਾਲੇ ਕੋਠਿਆਂ 'ਤੇ, ਮਤਲਬ ਕਿ ਇੰਨਾ ਕੁਛ ਉਹ ਕਰ ਲੈਂਦੇ ਹਾਂ, ਪਾਣੀ ਫਿਰ ਜਾਈ ਜਾਂਦਾ। ਬਰਸਾਤਾਂ ਦੇ ਵਿੱਚ ਤੁਸੀਂ ਦੇਖੋ ਅਕਸਰ ਪਾਣੀ ਚਲਾ ਜਾਂਦਾ, ਕੁੱਪ ਬੰਨਦੇ ਹਾਂ ਥੱਲੋਂ ਪਾਣੀ ਸਲਾਬ ਫੜ ਜਾਂਦਾ। ਇਹ ਸਮੱਸਿਆਵਾਂ ਵੱਲ ਵੇਖਣਾ ਪੈਣਾ। ਹਰ ਗੱਲ 'ਤੇ ਫੀਡ 'ਚ ਨੁਕਸ ਨਹੀਂ ਕੱਢਿਆ ਜਾਣਾ ਹੈਗਾ, ਹਰ ਗੱਲ 'ਤੇ ਡਾਕਟਰਾਂ 'ਚ ਨੁਕਸ ਨਹੀਂ ਕੱਢਿਆ ਜਾਣਾ ਹੈਗਾ। ਸੋ ਇਹ ਦੋ ਸਮੱਸਿਆਵਾਂ ਦੀ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ, ਜੇ ਅਸੀਂ ਇਹਨਾਂ ਨੂੰ ਜੜੋਂ ਚੱਕਣਾ, ਕਿਉਂਕਿ ਦੋ ਸਮੱਸਿਆਵਾਂ ਨੇ, ਮੈਸਟਾਈਟਸ ਅਤੇ ਰਿਪੀਟ ਬਰੀਡਿੰਗ, ਵੀ ਥਣ ਰੋਗ ਅਤੇ ਗੱਭਣ ਨਾ ਹੋਣਾ, ਜਿਹੜੀਆਂ ਸਾਡੀ ਜੇਬ ਨੂੰ ਸਭ ਤੋਂ ਵੱਧ ਕੋਰਾ ਲਾਉਂਦੀਆਂ, ਜਿਹੜਾ ਕਿ ਫਾਰਮ ਬੰਦ ਹੋਣ ਦਾ ਮੇਨ ਵੱਡਾ ਕਾਰਨ ਹੈ। ਤੂੜੀ 'ਚ ਮਿੱਟੀ ਘੱਟਾ ਇੰਨਾ ਜ਼ਿਆਦਾ ਆ ਰਿਹਾ। ਮੈਂ ਜਿਹੜੇ ਵੀ ਫਾਰਮਾਂ 'ਤੇ ਜਾ ਕੇ ਦੇਖਦਾ, ਮਤਲਬ ਕਿ ਤੂੜੀ ਕਾਲੇ ਰੰਗ ਦੀ ਹੋਏਗੀ, ਭੂਰੇ ਰੰਗ ਦੀ ਹੋਏਗੀ, ਮਿੱਟੀ ਹੋਏਗੀ,
ਤੇ ਵਿੱਚ ਜਿਹੜੇ ਡੰਡਲ ਬਣੇ ਹੋਣਗੇ, ਜਿਹਦੇ ਵਿੱਚ ਮਤਲਬ ਕਿ ਗੰਢਾਂ ਬਣੀਆਂ ਹੁੰਦੀਆਂ ਜਿਹਨੂੰ ਕਹਿੰਦੇ ਲੰਪ ਬਣੇ ਹੁੰਦੇ ਆ ਜਿਹੜੇ ਹੈਗੇ ਨਾ, ਜਿਹੜੀ ਤੂੜੀ ਦੇ ਗੰਢਾਂ ਬਣ ਗਈਆਂ, ਲੋਕ ਕਹਿੰਦੇ ਅਸੀਂ ਕੱਢ ਦਿੰਦੇ ਹਾਂ ਸਾਈਡ ਤੇ ਰੱਖ ਦਿੰਦੇ ਹਾਂ, ਸਾਈਡ ਤੇ ਰੱਖ ਕੇ ਕੀ ਥੱਲੇ ਪਾ ਦਿੰਦੇ ਆ, ਥੱਲੇ ਪਾਈ ਤਾਂ ਉਦੋਂ ਵੀ ਜ਼ਿਆਦਾ ਨੁਕਸਾਨ ਕਰਦੀ ਹੈ। ਇਹ ਜਿਹੜੇ ਉੱਲੀ ਰੋਗ ਵਾਲੇ ਜ਼ਹਿਰੀਲੇ ਤੱਤ ਹੈ, ਇਹ ਸਿਰਫ ਫਲੇਮ ਗਨ ਨਾਲ ਸਾੜ ਕੇ ਖਤਮ ਹੋ ਸਕਦੇ ਆ, ਇਹਨਾਂ ਨੂੰ ਸਾੜਨ ਦਾ ਹੋਰ ਕੋਈ ਤਰੀਕਾ ਨਹੀਂ। ਸਮਾਂ ਆਉਣ ਵਾਲਾ ਆ ਰਿਹਾ ਜਦੋਂ ਦੁੱਧ ਦੀ ਕੁਆਲਿਟੀ ਵੱਲ ਬਹੁਤ ਜ਼ਿਆਦਾ ਧਿਆਨ ਦੇਣਾ ਪੈਣਾ। ਦੁੱਧ ਦੀ ਕੁਆਲਿਟੀ ਵੱਲ ਅਤੇ ਪਸ਼ੂ ਦੀ ਸਿਹਤ ਵੱਲ ਧਿਆਨ ਦੇਣ ਦਾ ਇੱਕ ਵੱਡਾ ਕਾਰਨ ਇਹ ਹੈ ਵੀ ਅਸੀਂ ਤੂੜੀ ਦੀ ਕੁਆਲਿਟੀ ਵੱਲ ਧਿਆਨ ਦਈਏ। ਅੱਖਾਂ ਮੀਚ ਕੇ ਤੂੜੀ ਪਾਉਣਾ ਬੰਦ ਕਰੀਏ, ਕੋਈ ਸਸਤੀ ਨਹੀਂ ਪੈਂਦੀ, ਚੰਗੀ ਕੁਆਲਿਟੀ ਦੇ ਅਚਾਰ ਨਾਲੋਂ ਤੂੜੀ ਮਹਿੰਗੀ ਪੈਂਦੀ ਹੈ। ਔਰ ਤੂੜੀ 'ਚ ਕੋਈ ਵੀ ਜੁਗਾਲੀ ਕਰਨ ਤੋਂ ਇਲਾਵਾ, ਮਸਾਲਾ ਦੇਣ ਵਾਸਤੇ ਇਸ ਤੋਂ ਇਲਾਵਾ ਕੁਛ ਨਹੀਂ ਹੁੰਦਾ ਹੈਗਾ। ਸੋ ਤੂੜੀ ਦੀ ਮਾਤਰਾ ਘਟਾਈਏ, ਕੁਆਲਿਟੀ ਵਧਾਈਏ। ਬਾਰ ਬਾਰ ਇੱਕੋ ਹੀ ਗੱਲ ਕਹਿਣੀ ਹੈ, ਖੁਰਾਕੀ ਮਸਲੇ ਹੈ, ਖੁਰਾਕ ਨਾਲ ਹੱਲ ਹੋਣੇ ਆ, ਦਵਾਈਆਂ ਨਾਲ ਨਹੀਂ ਹੱਲ ਹੋਣੇ। ਸੋ ਮੈਂ ਉਮੀਦ ਕਰਦਾ ਵੀ ਲੋਕ ਜਿਹੜੇ ਮੇਰੀਆਂ ਗੱਲਾਂ ਕਹੇ ਤੇ ਤੁਸੀਂ ਅਮਲ ਕਰੋਗੇ। ਬਾਕੀ ਬਹੁਤ ਸਾਰੇ ਵੀਰ ਫੋਨ ਕਰਦੇ ਆ, ਨਹੀਂ ਫੋਨ ਚੱਕ ਹੁੰਦੇ ਤੇ ਮਿਸ ਹੋ ਜਾਂਦੇ ਆ, ਉਹ ਕੋਈ ਗੱਲ ਨਹੀਂ। ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਵੀਡੀਓ 'ਚ ਦੱਸੀਆਂ ਹੁੰਦੀਆਂ, ਲੋਕ ਵੀਡੀਓ ਜਿਹੜੇ ਨਹੀਂ ਧਿਆਨ ਨਾਲ ਦੇਖਦੇ ਉਹਨਾਂ ਨੂੰ ਜ਼ਿਆਦਾ ਫੋਨ ਕਰਨੇ ਪੈਂਦੇ ਆ। ਨਹੀਂ ਤਾਂ ਹੁਣ ਤੱਕ ਆਪਣੀ 225 ਦੇ ਕਰੀਬ ਵੀਡੀਓ ਯੂਟਿਊਬ 'ਤੇ ਹੋ ਗਈ ਹੈ, 100 ਤੋਂ ਵੱਧ ਵੀਡੀਓ ਫੇਸਬੁੱਕ 'ਤੇ ਪਈ ਹੈ, ਔਰ 25-30 ਵੀਡੀਓ ਜਿਹੜੀਆਂ ਹੈਗੀਆਂ ਮੇਰੇ ਚੈਨਲ ਤੋਂ ਇਲਾਵਾ ਹੋਰ ਚੈਨਲਾਂ 'ਤੇ ਪਈਆਂ। ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਕੋਈ ਵੀਡੀਓ ਇੱਦਾਂ ਦੀ ਨਹੀਂ ਹੈਗੀ ਜਿਹਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਨਾ ਦਿੱਤੇ ਹੋਣ। ਠੀਕ ਹੈ, ਧੰਨਵਾਦ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।